ਅਸੀਂ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਪਾਰਕਿੰਗ ਠੇਕੇਦਾਰ ਦੀ ਨਜਾਇਜ਼ ਵਸੂਲੀ ਦੀਆਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਔਰ ਅਸੀਂ ਲਾਈਵ ਇਸ ਕਰਕੇ ਹੋਏ ਹਾਂ ਕਿਉਂਕਿ ਜਿਹੜੇ ਗਰੀਬ ਰਿਕਸ਼ੇ ਵਾਲੇ ਇਲੈਕਟ੍ਰਿਕ ਰਿਕਸ਼ੇ ਵਾਲੇ ਆ ਚਾਹੇ ਅੰਦਰ ਫੜੀ ਵਾਲੇ ਆ ਉਹ ਇੱਥੇ ਸਬਜ਼ੀ ਵੇਚਦੇ ਨੇ ਤੇ ਸਬਜ਼ੀ ਦੀ ਢੋਆ ਢੁਆਈ ਕਰਦੇ ਨੇ ਪਰ ਉਹਨਾਂ ਕੋਲੋਂ ਨਜਾਇਜ਼ ਵਸੂਲੀ ਕੀਤੀ ਜਾਂਦੀ ਹੈ। ਮੇਰੇ ਨਾਲ ਮੰਡੀ ਬੋਰਡ ਦੇ ਸੈਕਟਰੀ ਵੀ ਨੇ ਵਿਨੋਦ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੁਰਮਾਨਾ ਵੀ ਲਾਇਆ ਗਿਆ ਸੀ 2.5 ਲੱਖ ਰੁਪਇਆ ਔਰ ਇਹ ਧਰਨਾ ਲਾਇਆ ਅੱਜ ਇਹਨਾਂ ਨੇ। ਜਿੰਨੇ ਵੀ ਇਹ ਗਰੀਬ ਲੋਕ ਨੇ ਚਾਹੇ ਉਹ ਟਰੱਕ ਓਪਰੇਟਰ ਨੇ ਚਾਹੇ ਉਹ ਸਬਜ਼ੀ ਫੜੀ ਵਾਲੇ ਨੇ ਇਹ ਸਾਰੇ ਇੱਥੇ ਇਕੱਠੇ ਹੋਏ ਨੇ। ਸਵੇਰ ਦਾ ਇਹਨਾਂ ਨੇ ਧਰਨਾ ਲਾਇਆ ਕਿਉਂਕਿ ਇਹਨਾਂ ਦੇ ਹੱਥ ਪਰਚੀਆਂ ਨੇ, ਇਹ ਪਰਚੀਆਂ ਡਿਜੀਟਲ ਵੀ ਹੈ ਮੈਨੂਅਲ ਵੀ ਹੈ ਔਰ ਇਹਨਾਂ ਕੋਲੋਂ ਨਜਾਇਜ਼ ਵਸੂਲੀ ਕੀਤੀ ਜਾਂਦੀ ਹੈ। ਜੇ 30 ਰੁਪਏ ਪਰਚੀ ਹੈ ਤਾਂ ਉਹਨਾਂ ਕੋਲੋਂ ਨਜਾਇਜ਼ ਵਸੂਲੀ 100 ਰੁਪਏ ਲਿੱਤਾ ਜਾਂਦਾ, ਜੇ 100 ਰੁਪਏ ਫੜਦਾ ਤਾਂ 300 ਰੁਪਏ ਲਿੱਤਾ ਜਾਂਦਾ, ਇਹ ਅਸੀਂ ਨਹੀਂ ਕਹਿ ਰਹੇ, ਇਹ ਆਪ ਖੁਦ ਕਹਿ ਰਹੇ ਨੇ। ਹਾਂਜੀ ਵੀਰ ਜੀ, ਜਿਹੜੀ ਪਰਚੀ ਆ ਜੀ ਕੰਡਾ ਪਰਚੀ ਦੀ, ਪਹਿਲੇ ਤਾਂ ਆਪਾਂ ਕੰਡੇ ਪਰਚੀ ਦੀ ਗੱਲ ਕਰਦੇ ਹਾਂ ਜੀ, ਕੰਡਾ ਨਹੀਂ ਚੱਲ ਰਿਹਾ ਤੁਹਾਡੇ ਸਾਹਮਣੇ ਆ, ਇਹਦੀ ਸਿਰਫ 100 ਰੁਪਇਆ ਪਰਚੀ ਲੈ ਰਿਹਾ ਜੀ, ਜਿਹੜਾ ਕਿ ਵਪਾਰੀ ਨਹੀਂ ਮੰਨਦਾ ਪਿਆ। ਇੱਥੋਂ 100 ਦੇ ਕੇ ਜਾਂਦੇ ਹਾਂ, ਰਾਤ ਕੱਟਦੇ ਹਾਂ, ਸਵੇਰ ਨੂੰ 70 ਰੁਪਏ ਉਹਨਾਂ ਨੂੰ ਦਿੰਦੇ ਹਾਂ ਜਾ ਕੇ, ਉਹ ਕੰਡਾ ਚੱਲਦਾ, ਇਹ ਕੰਡਾ ਬਣਦਾ, ਇਹ ਖਾਰਾ 100 ਲੈ ਰਿਹਾ ਜੀ, ਠੀਕ ਆ ਜੀ। ਅੱਛਾ ਇਹ ਨਿਬੜ ਗਿਆ, ਇਹਦਾ ਹੋ ਗਿਆ ਜੀ, ਫਿਰ ਐਂਟਰੀ ਹੋ ਗਈ ਗੇਟ 50 ਰੁਪਏ, ਰਲਾ ਕੇ ਹੋ ਗਿਆ 150 ਰੁਪਇਆ। ਅੱਛਾ ਪਾਰਕਿੰਗ ਦਾ ਹੀ? ਡੇਢ ਨਹੀਂ, ਪਾਰਕਿੰਗ ਦਾ ਨਹੀਂ, ਨਾ ਨਾ ਕੱਲਾ ਗੇਟ 'ਚ ਸ਼ੁਰੂਆਤ ਹੋਈ ਆ, ਹਜੇ ਪਹਿਲਾ ਪੌੜੀ ਫੜੇ ਹੋ, ਹਜੇ ਗਾਹ ਪੌੜੀਆਂ ਚੜ੍ਹਾਉਣਾ ਵਾ, ਪਹਿਲੀ ਪੌੜੀ ਫੜ ਗਿਆ 50 ਰੁਪਏ 150 ਹੋ ਗਿਆ ਜੀ, ਦੂਜੀ ਪੌੜੀ ਚੱਲ ਪਈ ਜੀ 200 ਦੀ ਪਰਚੀ 200 ਦੀ, ਇਹ ਹੁਣ ਪੁੱਛੋਗੇ ਵੀ 200 ਦੀ ਕਾਹਤੋਂ ਕਰੇ, ਲਿਖਿਆ ਤਾਂ 100 ਆ। ਇੱਕ ਮਿੰਟ ਮੈਂ ਦੱਸਦਾ, ਇਹ ਜੀ ਜਿਹੜੀ ਗੁੰਡਾਗਰਦੀ ਧੱਕੇਸ਼ਾਹੀ ਆ, ਇਹ ਉਹ ਆ ਜਿਹਨੂੰ ਕਹਿੰਦੇ ਤੇਰੇ ਚਪੇੜ ਮਾਰ ਕੇ ਲੈ ਲਾਂਗੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਡਰਾਈਵਰ ਆ ਉਹ ਰੀੜ ਦੀ ਹੱਡੀ ਆ, ਜੇ ਉਹ ਟੁੱਟ ਗਈ ਨਾ ਤੁਸੀਂ ਵੀ ਟੁੱਟੋਗੇ ਨਾਲ। 200 ਦੀ ਪਰਚੀ 100 ਰੁਪਇਆ ਮਾਫੀਆ ਗੁੰਡਾ ਮਾਫੀਆ ਲੈ ਰਿਹਾ ਇਹਦਾ, ਤੇ 100 ਰੁਪਇਆ ਇਹ ਨਹੀਂ ਪਤਾ ਕਿਹਦੇ ਖਾਤੇ ਜਾਂਦਾ ਸਾਨੂੰ ਨਹੀਂ ਪਤਾ। ਇਹਦੇ ਵਿੱਚ ਕੁਝ ਮੈਨੂਅਲ ਪਰਚੀਆਂ ਨੇ ਹਨਾ, ਇਹ ਜਿਹੜੀਆਂ ਮੈਨੂਅਲ ਪਰਚੀਆਂ ਕੱਟੀਆਂ ਨੇ, ਮੇਰੇ ਨਾਲ ਸੈਕਟਰੀ ਵੀ ਨੇ, ਇਹ ਟੈਂਡਰ ਦੇ ਜਿਹੜੇ ਸ਼ਰਤਾਂ ਨੇ ਵੈਸੇ ਉਸ ਹਿਸਾਬ ਦੇ ਨਾਲ ਤਾਂ ਪਰਚੀਆਂ ਹੋਣੀਆਂ ਨਹੀਂ ਚਾਹੀਦੀਆਂ। ਮੇਰੇ ਨਾਲ ਵਿਨੋਦ ਕੁਮਾਰ ਨੇ ਜਿਹੜੇ ਇੱਥੇ ਮੰਡੀ ਬੋਰਡ ਦੇ ਸੈਕਟਰੀ ਨੇ, ਇਹ ਮੈਨੂਅਲ ਪਰਚੀਆਂ ਕਿਉਂ ਨੇ? ਇਹ ਜਿਹੜੀ ਮੈਨੂਅਲ ਪਰਚੀ ਹੈ ਇਹ DNT ਮੁਤਾਬਕ ਬਿਲਕੁਲ ਸਰਾਸਰ ਗਲਤ ਹੈ। ਇਸੇ ਮੈਨੂਅਲ ਪਰਚੀ ਦੇ ਆਧਾਰ 'ਤੇ ਇਸ ਇਹਨਾਂ ਨੂੰ ਪਹਿਲਾਂ ਅਸੀਂ ਫਾਈਨ ਵੀ ਇੱਕ ਕਰ ਚੁੱਕੇ ਹਾਂ ਜਿਹਦਾ ਇਹਨੂੰ ਫਾਈਨ ਲਗਾਇਆ ਸੀ, ਹੁਣ ਫਿਰ ਇਹ ਧਿਆਨ ਦੇ ਵਿੱਚ ਆਇਆ ਅਤੇ ਇਸ 'ਤੇ ਜੋ ਵੀ ਕਾਰਵਾਈ DNT ਮੁਤਾਬਕ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਅੱਛਾ ਮੋਟਰਸਾਈਕਲ ਦੇ ਹਜੇ ਵੀ ਪੈਸੇ ਲੈ ਰਹੇ ਨੇ? ਜਿਹੜੀ ਤੁਸੀਂ ਕਰ ਰਹੇ ਹੋ ਕਿ ਟੂ ਵੀਲਰਸ ਦੀ ਗੱਲ ਕਰ ਰਹੇ ਹਾਂ, ਅਸੀਂ ਇਹਨਾਂ ਨੂੰ ਕੀਤਾ ਬੁਲਾਇਆ ਸੀਗਾ, ਇਹਨਾਂ ਨੂੰ ਕੰਸਿਡਰ ਕੀਤਾ ਸੀਗਾ, ਇਹਨਾਂ ਦਾ ਕੋਈ ਜਵਾਬ ਤਸੱਲੀ ਬਖਸ਼ ਨਹੀਂ ਸੀ ਆਇਆ, ਅਸੀਂ ਉਸ 'ਤੇ ਵੀ ਕਾਰਵਾਈ ਕਰ ਰਹੇ ਹਾਂ। ਅੱਛਾ ਹੁਣ ਇਹ ਧਰਨਾ ਲੱਗਿਆ ਕਿ ਇਹ ਜਿੱਦਾਂ ਵਿਚਾਰੇ ਕਹਿ ਰਹੇ ਨੇ ਕਿ 100 ਦਾ 200 ਦਾ 400 500 ਫੜ ਵਾਲੇ ਵੀ ਪਿਛਲੇ ਕਈ ਮਹੀਨਿਆਂ ਤੋਂ ਰੌਲਾ ਪਾ ਰਹੇ ਨੇ, ਚਲੋ ਤੁਸੀਂ ਜੁਰਮਾਨਾ ਕਰਤਾ, ਪਰ ਇਹ ਜਿਹੜਾ ਠੇਕੇਦਾਰ ਹੈ ਇਹ ਇਸ ਨੂੰ ਕਦੀ ਤੁਸੀਂ ਹਿਦਾਇਤਾਂ ਨਹੀਂ ਦਿੱਤੀਆਂ ਕਿ ਨਾ ਕਰ ਇਹੋ ਜਿਹੀ ਨਜਾਇਜ਼ ਵਸੂਲੀ? ਜਿਹੜੀ ਤੁਸੀਂ ਕਰ ਰਹੇ ਹੋ ਕਿ ਇਹਦੀ ਓਵਰ ਚਾਰਜਿੰਗ ਦਾ ਅਸੀਂ 1,97,200 ਰੁਪਏ ਇਹਨਾਂ ਨੂੰ ਫਾਈਨ ਕੀਤਾ ਸੀਗਾ, ਇਹਨਾਂ ਨੇ ਜਿਹੜਾ ਉਹ ਫਾਈਨ ਨਹੀਂ ਸੀ ਤਾਂ ਅਸੀਂ ਉਸ 'ਤੇ ਵਿਆਜ ਕੈਲਕੂਲੇਟ ਕਰਕੇ ਵੀ ਇਹਨਾਂ ਨੂੰ ਅਸੀਂ ਚਿੱਠੀਆਂ ਕੱਢਤੀਆਂ ਕਿ ਤੁਸੀਂ ਕਰਾਓ, ਨਹੀਂ ਤਾਂ ਅਸੀਂ ਤੁਹਾਡੇ 'ਤੇ ਦੂਜੀ ਜਿਹੜੀ ਕਾਰਵਾਈ ਬਣਦੀ DNT ਦੀ ਉਸ ਤੋਂ ਇਲਾਵਾ ਸਖ਼ਤ ਤੋਂ ਸਖ਼ਤ ਉਹ ਕਾਰਵਾਈ ਕਰਾਂਗੇ। ਅਸੀਂ ਕੱਲ੍ਹ ਮੈਂ ਇਸ ਸਿਲਸਿਲੇ ਦੇ ਵਿੱਚ ਆਪਣੇ ਜ਼ਿਲ੍ਹਾ ਮੰਡੀ ਅਫਸਰ ਜੀ ਨੂੰ ਅਤੇ ਪ੍ਰਬੰਧਕ ਸਾਹਿਬ ਜੀ ਨੂੰ ਵੀ ਕੱਲ੍ਹ ਸ਼ਾਮ ਨੂੰ ਹੀ ਜਾਣੂ ਕਰਾਇਆ ਸੀ, ਅਤੇ ਇਹ ਤਾਂ ਚਲੋ ਅੱਜ ਇੰਸੀਡੈਂਟ ਹੋਇਆ, ਮੈਂ ਸਾਰੀ ਉਹਨਾਂ ਨੂੰ ਗੱਲ ਬੜੇ ਧਿਆਨ 'ਚ ਲੈ ਕੇ ਆਇਆ। ਉਹਨਾਂ ਨੇ ਕਿਹਾ ਕਿ ਸੈਟ ਸਾਹਿਬ ਕਿ ਜਿਹੜੀ ਵੀ ਚੀਜ਼ ਹੈਗੀ ਆਪਾਂ ਇਹਨੂੰ ਪ੍ਰੋਸੀਡਿੰਗ ਨੋਟਿੰਗ 'ਤੇ ਲੈ ਕੇ ਅਸੀਂ ਇਹਦੀ ਜੋ ਵੀ ਅਗਲੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ। ਨਹੀਂ ਕੀ ਕਾਰਵਾਈ ਕਰੋਗੇ? ਕੈਮਰਾ ਚੱਲ ਰਿਹਾ, ਲਾਈਵ ਚੱਲ ਰਿਹਾ, ਤੁਸੀਂ ਕਿਹੋ ਜਿਹੀ ਕਾਰਵਾਈ ਕਰੋਗੇ? ਇੱਕ ਵਾਰੀ ਜੁਰਮਾਨਾ ਲਾਤਾ, ਲੱਗਦਾ ਨਹੀਂ ਕਿ ਲੋਕਾਂ ਨਾਲ ਠੱਗੀ ਹੋ ਰਹੀ ਹੈ? ਜਿਹੜਾ ਤੁਸੀਂ ਕਹਿੰਦੇ ਇੱਕ ਵਾਰ ਫਾਈਨ ਕਰਤਾ ਵਾ, ਇਹ ਜਿਹੜੀ
ਉਹ ਜਿਹੜੀਆਂ ਹੁਣ ਇਰੈਗੂਲੈਰਿਟੀਜ਼ ਆ ਰਹੀਆਂ ਵਾ ਜਿਹੜੀਆਂ ਸਾਡੇ ਸਮੱਸਿਆ ਇਹਦੇ 'ਚ ਇਹ ਹੈ ਕਿ ਇਹਦੇ ਦੂਜੇ ਜੁਰਮਾਨੇ ਦੇ ਇਹਨਾਂ ਦੀ ਕਾਰਵਾਈ ਜਿਹੜੀ ਹੈਗੀ ਆ ਅਸੀਂ ਉਹ ਪ੍ਰੋਸੀਡਿੰਗ ਨੂੰ ਲਿਆਵਾਂਗੇ ਲਿਆਉਣ ਜਾ ਰਹੇ ਹਾਂ ਲੈਣ ਜਾ ਰਹੇ ਹੋ ਮੈਂ ਤੁਹਾਨੂੰ ਦੱਸ ਦਿੰਦਾ ਕਿ DNT ਮੁਤਾਬਕ ਜਿਹੜੀ ਵੀ ਇਹਨਾਂ ਸਾਡੇ ਕੋਲ ਪ੍ਰੂਫਸ ਆ ਰਹੇ ਨੇ ਅਸੀਂ ਇਹਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇੱਕ ਸ਼ਿਕਾਇਤ ਤਾਂ ਹੋਰ ਗਈ ਹੈ ਤੁਹਾਡੇ DM ਜਿਹੜੇ ਉੱਪਰ ਸੀਨੀਅਰ ਅਫਸਰ ਹੈ ਉਹਨਾਂ ਕੋਲ ਇੱਕ ਲੈਟਰ ਪੈਡ ਦੇ ਉੱਤੇ ਸ਼ਿਕਾਇਤ ਗਈ ਹੈ ਮੇਰੇ ਹੱਥ 'ਚ ਹੈਗੀ ਹੈ ਜੁਰਮਾਨਾ ਲੱਗਣ ਤੋਂ ਬਾਅਦ ਉਸ ਸ਼ਿਕਾਇਤ ਦਾ ਕੀ ਹੋਇਆ ਹੁਣ ਤੱਕ ਉਹ ਸ਼ਿਕਾਇਤ ਵੀ ਸਾਡੇ ਕੋਲ ਜਿਹੜੀ ਹੈਗੀ ਉਹ ਸਾਡੇ ਕੋਲ ਕੱਲ੍ਹ ਹੀ ਇੱਕ ਇਲੈਕਸ਼ਨ ਦੇ ਵਿੱਚ ਹੋ ਸੀਗੀ ਅਸੀਂ ਉਸ 'ਤੇ ਵੀ ਜਿਹੜੀ ਹੈਗੀ ਆ ਆਪਣੀ ਰਿਪੋਰਟ ਸੰਬੰਧਿਤ ਮੰਡੀ ਸੂਬੇ ਨੇ ਕਿਹਾ ਕਿ ਰਿਪੋਰਟ ਕਰੋ ਉਹ ਕਰ ਰਹੇ ਉਸ ਉਮੀਦ ਹੈ ਕਿ ਇੱਕ ਦੋ ਦਿਨ 'ਚ ਹੀ ਉਹਦੀ ਕਾਰਵਾਈ ਹੋ ਮੰਡੀ ਬੋਰਡ ਦੇ ਸੈਕਟਰੀ ਨੇ ਨਾਲ ਲਾਈਵ ਤਸਵੀਰਾਂ ਦਿਖਾ ਰਿਹਾ ਪਹਿਲੇ ਤਸਵੀਰਾਂ ਦਿਖਾ ਰਿਹਾ ਜਿੰਨੇ ਵੀ ਗਰੀਬ ਤਬਕਾ ਜਿਹੜੇ ਇੱਥੇ ਮੰਡੀ ਦੇ ਵਿੱਚ ਆਉਂਦੇ ਨੇ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਇੱਥੇ ਵਪਾਰ ਕਰਦੇ ਨੇ ਸਬਜ਼ੀ ਦਾ ਔਰ ਆਮ ਆਦਮੀ ਪਾਰਟੀ ਦੇ ਪਿਛਲੇ ਦਿਨੀ ਵਿਧਾਇਕ ਜਿਹੜੇ ਨੇ ਭੋਲਾ ਉਹ ਇੱਥੇ ਉਹਨਾਂ ਨੇ ਵੀ ਇਹ ਵਿਰੋਧ ਕੀਤਾ ਸੀ ਕਿ ਗਰੀਬਾਂ ਕੋਲੋਂ ਇਹ ਨਜਾਇਜ਼ ਵਸੂਲੀ ਬੰਦ ਕੀਤੀ ਜਾਵੇ ਅੱਛਾ ਕਈ ਲੀਡਰ ਆ ਗਏ ਮੈਂ ਰਾਜਾ ਵੜਿੰਗ ਨੂੰ ਦੇਖਿਆ ਹੁਣ ਤਾਂ MP ਬਣ ਗਏ ਉਹ ਰਾਜਾ ਵੜਿੰਗ ਲਾਈਵ ਹੋਏ ਸੀ ਫੇਸਬੁੱਕ ਦੇ ਉੱਤੇ ਉਸ ਤੋਂ ਬਾਵਜੂਦ ਤੁਸੀਂ ਹੁਣ MP ਨਾਲ ਸੰਪਰਕ ਕਰ ਰਹੇ ਹੋ ਮੈਂ ਨਾ ਜੀ ਤੁਹਾਨੂੰ ਬਾਜੂ ਦੱਸਦਾ ਇੱਕ ਖਬਰ ਵਧੀਆ ਹੋਣਾ ਹੀ ਆ ਆਹ 100 ਰੁਪਏ ਦੀ ਪਰਚੀ ਕੱਟੀ ਆ ਲੈ ਕਿੰਨੇ ਗਏ ਨੇ ਤੇ 300 ਰੁਪਈਆ ਉਹ ਬੰਦਾ ਡਰਦਾ ਮੂਹਰੇ ਨਹੀਂ ਆ ਰਿਹਾ ਉਹ ਕਹਿੰਦਾ ਤੁਸੀਂ ਚਲੇ ਜਾਣਾ ਵਾ ਗਾ ਜੋ ਮੇਰੇ ਫੈਂਟੀ ਲਾ ਦੇਣੀ ਇਹਨਾਂ ਨੇ ਗੁੰਡਾਗਰਦੀ ਸਭ ਤੋਂ ਜ਼ਿਆਦਾ ਚੱਲ ਰਹੀ ਹੈ ਜੀ ਜਿਹੜੀ ਜੀ ਮਾਰਦੇ ਗੁੱਟਦੇ ਮੈਂ ਕਿਹਾ ਬੜਾ ਮਾਰਦੇ ਨੇ ਜੀ ਠੀਕ ਹੈ ਨਾ ਜੀ ਜਿਹੜੇ ਪਰਚੇ ਹੈ ਜੀ ਹੁਣ ਉਹਨੇ ਜੀ 100 ਰੁਪਏ ਦੀ ਪਰਚੀ ਕੱਟੀ ਹੈ ਜੀ ਜੇਕਰ ਕੋਈ ਪੁੱਛੇਗਾ ਜੀ ਉਹਨਾਂ ਨੂੰ ਜੇ ਕੋਈ ਸਵਾਲ ਚੱਕੇਗਾ ਬਈ ਇਹ 100 ਰੁਪਏ ਦੀ ਪਰਚੀ ਤੁਸੀਂ 200 ਰੁਪਈਆ ਨਜਾਇਜ਼ ਕਾਹਦਾ ਲੈ ਰਹੇ ਹੋ ਜੀ ਤਾਂ ਉਹਦੇ ਨਾਲ ਬੜੀ ਧੱਕਾ ਸਹੀ ਹੋਏਗੀ ਕੁੱਟਮਾਰ ਕਰਦੇ ਆ ਹੁਣ ਤਾਂ ਚਲੇ ਜਾਣਗੇ ਸਾਰੇ ਬਾਅਦ ਚ ਫਿਰ ਕੁੱਟਦੇ ਆ ਜੀ ਹੁਣ ਆ ਡਰਦਾ ਮੂਹਰੇ ਨਹੀਂ ਆਉਂਦਾ ਜੀ ਉਹ ਸਾਨੂੰ ਪਰਚੀ ਫੜਾ ਕੇ ਚਲੇ ਗਿਆ ਕਹਿੰਦਾ ਵੀਰੇ ਮੇਰੇ ਤੋਂ 100 ਰੁਪਏ ਦੀ ਪਰਚੀ ਹੈ ਮੇਰੇ ਤੋਂ 300 ਰੁਪਈਆ ਲੈ ਕੇ ਕਾਹਦਾ ਵੈਸੇ 300 ਵੀਰੇ ਫੜੀ ਜੜਦਾ ਫੜਾਉਂਦਾ ਫੜੀਆ ਲਾਉਂਦਾ ਤੇ ਆ 100 ਰੁਪਏ ਦੀ ਉਹਨੂੰ ਪਰਚੀ ਦਿੱਤੀ 300 ਲੈ ਗਿਆ ਕਹਿੰਦਾ ਵੀਰੇ ਮੈਂ ਮੂਹਰੇ ਆਊਂਗਾ ਤੁਸੀਂ ਚਲੇ ਜਾਣਾ ਕਹਿੰਦਾ ਬਾਅਦ ਚ ਮੈਨੂੰ ਕੁੱਟਣਗੇ ਕਹਿੰਦਾ ਅੱਛਾ ਇਲੈਕਟ੍ਰਿਕ ਰਿਕਸ਼ਾ ਕੋਲੋਂ ਪੁੱਛਿਆ ਸੀ ਜਿਹੜੇ ਇਲੈਕਟ੍ਰਿਕ ਰਿਕਸ਼ੇ ਆਉਂਦੇ ਨੇ ਉਹਨਾਂ ਕੋਲੋਂ ਕੀ ਲੱਗਦਾ ਕਿੰਨੇ ਕਿੰਨੇ ਪੈਸੇ ਇੱਧਰ ਦੇਖੋ 100 ਰੁਪਏ ਲੈਂਦੇ ਆ ਉਹਨਾਂ ਨੂੰ 50 ਦੀ ਪਰਚੀ ਦਿੰਦੇ ਆ 60 ਰੁਪਏ ਲੈਂਦੇ ਆ ਉਹਨਾਂ ਤੋਂ ਆ 100 ਦੀ ਪਰਚੀ ਦਿੱਤੀ ਹੈ ਨਾ ਜੇ ਟੱਲੀ ਟਰੈਕਟਰ ਵਾਲੇ ਬਿਨਾ ਪਰਚੀ ਤੋਂ 300 ਰੁਪਈਆ ਲੈਂਦੇ ਬਿਨਾ ਟੱਲੀ ਤੋਂ ਟਰੈਕਟਰ ਤੋਂ 300 ਰੁਪਈਆ ਭਾਈ ਜੀ ਇਲੈਕਟ੍ਰਿਕ ਰਿਕਸ਼ਾ ਦੇ ਕਿੰਨੇ ਚਾਰਜ ਆ ਵੈਸੇ ਟੈਂਡਰ ਦੀ ਕਾਪੀ ਦੇ ਹਿਸਾਬ ਨਾਲ ਟੈਂਡਰ ਦੇ 20 ਰੁਪਏ 30 ਰੁਪਏ ਜੋ ਵੀ ਹੈਗਾ ਉਹ ਲਿਖਿਆ ਹੋਇਆ ਉਹਦੇ 15 ਰੁਪਏ ਦੋਬੜ 15 ਰੁਪਏ ਰੇਟ ਹੈ 15 ਰੁਪਏ ਰੇਟ ਹੈ ਇਲੈਕਟ੍ਰਿਕ ਰਿਕਸ਼ੇ ਦਾ ਤੁਸੀਂ ਕਹਿ ਰਹੇ ਹੋ 50 ਰੁਪਏ ਇਹਨਾਂ ਵਾਲੇ ਸਾਹਮਣੇ ਕਰੋ 60 ਰੁਪਏ ਲੈਂਦੇ ਆ ਜੀ 60 ਰੁਪਏ ਲੈਂਦੇ ਆ ਜੀ ਆ ਬੈਟਰੀ ਵਾਲੇ ਰਿਕਸ਼ੇ ਵਾਲੇ ਜਿਹਨੂੰ ਮਰਜ਼ੀ ਪੁੱਛ ਇਹਨਾਂ ਨੂੰ ਸਵਾਲ ਪੁੱਛਿਆ ਜਾਵੇ ਜੀ ਇੱਕ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਹੁਣ ਤੁਹਾਡੇ ਨਾਲ ਜੀ ਮੈਨੂੰ ਇਹ ਠੇਕੇਦਾਰ ਅਧਿਕਾਰੀ ਇੱਕ ਮੁੰਦਰਾ ਵਾਲਾ ਮੁੰਡਾ ਮੈਨੂੰ ਕਹਿ ਗਿਆ ਜੀ ਸੈਕਟਰੀ ਨਾਲ ਗੱਲ ਹੋਈ ਆ ਵੀ 300 ਰੁਪਈਆ ਟਰਾਲੀ ਦਾ ਲੈਣਾ ਵਾ ਮੇਰੀ ਅੱਜ ਕਿਸੇ ਨਾਲ ਵੀ ਕੋਈ ਗੱਲ ਨਹੀਂ ਹੋਈ ਬੁਲਾ ਰਹੇ ਹੋ ਬੁਲਾ ਰਹੇ ਜਿਹੜੀਆਂ ਇਹ ਦੱਸ ਰਹੇ ਆ ਕਿ ਇਹਨਾਂ ਨੂੰ ਮਾਰ ਕੁਟਾਈ ਹੋ ਰਹੀ ਆ ਉਸ ਸਿਲਸਿਲੇ ਦੇ ਵਿੱਚ ਮੈਂ ਖੁਦ ਜਾ ਕੇ ACP ਜਿਹੜੇ ਨੌਰਥ ਲੱਗਦੇ ਆ ਉਹਨਾਂ ਨੂੰ ਮੈਂ ਪਰਸਨਲੀ ਜਾ ਕੇ ਮਿਲੂੰਗਾ ਉਹਨਾਂ ਨੂੰ ਦੱਸੂਗਾ ਕਿ ਆਹ ਮੰਡੀ 'ਚ ਹੋਈ ਆ ਸੈਕਟਰੀ ਸਾਹਿਬ ਕਹਿ ਰਹੇ ਕਿ ਜੇ ਮਾਰ ਕੁਟਾਈ ਹੁੰਦੀ ਹੈ ਤਾਂ ਉਹ ਆਪ ਤੁਹਾਡਾ ਸਾਥ ਦੇਣਗੇ ਮੈਂ ਆਪ ACP ਨੌਰਥ ਜੀ ਕੋ ਜਾਊਂਗਾ ਉਹਨਾਂ ਨੂੰ ਦੱਸੂਗਾ ਮੈਂ ਕਹੂੰਗਾ ਜੇ ਇਹਨਾਂ ਤੇ FIR ਦਰਜ ਕਰਨੀ ਮਾਈ ਤੇ ਜਿਹੜੇ ਗੁੰਡਾ ਅਨਸਰ ਜਿਹੜੇ ਸ਼ਰਾਰਤ ਕਰਦੇ ਜਾਂ ਕਿਸੇ ਨਾਲ ਬਦਸਲੂਕੀ ਕਰਦੇ ਆ ਉਹਨਾਂ ਸਖਤ FIR ਵੀ ਦਰਜ ਕਰਨੀ ਤਾਂ ਉਹ ਵੀ ਕਰਾਵਾਂਗੇ ਹੋਰ ਕੀ ਚੀਜ਼ ਹੈ ਤੁਹਾਨੂੰ ਧੱਕੇ ਮਾਰ ਕੇ ਗਏ ਸੈਕਟਰੀ ਸਾਹਿਬ ਨੇ ਕਹਿਤਾ ਵੀ ਆਪਾਂ FIR ਕਰਾਵਾਂਗੇ ਦੇਖੋ ਜੀ ਚਲੋ ਮੈਂ ਇਹਨਾਂ ਦੇ ਪੂਰਾ ਗੱਲ ਦੇਖ ਰਹੀ ਹਾਂ ਅਦਰਵਾਈਜ਼ ਜੇ ਉਹ ਨਾ ਕੰਮ ਹਟਿਆ ਫਿਰ ਯਾਰ ਤੁਸੀਂ ਦਰਖਾਸਤ ਦੋਗੇ ਤਾਂ ਕਾਰਵਾਈ ਕਰਨਗੇ ਨਾ ਭਾਈ ਜੀ ਅਸੀਂ ਦਰਖਾਸਤ ਨਹੀਂ ਦੇਣੇਗੀ ਕਿਉਂਕਿ ਫਿਰ ਚੂੜੀਆਂ
ਬਾਈ ਜੀ ਨਹੀਂ ਜੀ, ਅਸੀਂ ਦਰਖਾਸਤ ਨਹੀਂ ਦੇਣੀ ਗੀ ਕਿਸੇ ਨੇ ਵੀ, ਨਾ ਅਸੀਂ ਥਾਣੇ ਦਾ ਦਰਵਾਜ਼ਾ ਖੜਕਾਉਣਾ, ਸਾਡੇ ਤਾਂ ਫਿਰ ਆਪਦੇ ਬੰਦੇ ਦਰਵਾਜ਼ਾ ਖੜਕਾਉਣਗੇ, ਇੱਥੇ ਖੜਕਾਉਣਗੇ, ਇੱਥੇ ਅੱਗੇ ਦਰਵਾਜ਼ਾ ਅੱਗੇ ਖੜਕਾਵਾਂਗੇ ਅਸੀਂ। ਅੱਜ ਮਿੱਥਿਆ ਹੋਇਆ ਵਾ ਵੀ ਅਸੀਂ ਮਤੀਰਾ ਜਿੰਨਾ ਵਾ ਇੱਥੇ ਗੇਟ ਚ ਢੇਰੀ ਕਰਕੇ ਜਾਣਾ, 40 ਗੱਡੀਆਂ ਢੇਰੀ ਕਰਨੀਆਂ। ਇਹ ਗੁੱਸਾ ਵੇਖਣ ਨੂੰ ਮਿਲ ਰਿਹਾ ਜਿੰਨੇ ਵੀ ਇੱਥੇ ਸਬਜ਼ੀ ਮੰਡੀ ਦੇ ਵਿੱਚ, ਕਿਉਂਕਿ ਜਿਹੜੇ ਸੈਕਟਰੀ ਆ ਉਹ ਮੌਕੇ ਤੇ ਪਹੁੰਚੇ ਨੇ ਔਰ ਲੋਕ ਕਾਫੀ ਪਰੇਸ਼ਾਨ ਹੈ, ਲੋਕਾਂ 'ਚ ਗੁੱਸਾ ਬਹੁਤ ਵੇਖਣ ਨੂੰ ਮਿਲ ਰਿਹਾ ਔਰ ਲੋਕ ਆਖਦੇ ਨੇ ਕਿ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਮੈਂ ਦੁਬਾਰਾ ਫਿਰ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਵਾਂਗਾ। ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਮੈਨੂੰ ਇਜਾਜ਼ਤ ਦਿਓ, ਧੰਨਵਾਦ।